ਹਾਂਜੀ ਦੋਸਤੋ, ਮੈਂ ਜੱਸਾ ਮੜੀ ਵਾਲਾ ਆਪ ਸਭ ਦਾ ਸਵਾਗਤ ਕਰਦਾ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ। ਜੇਕਰ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬ ਕੇ ਰੱਖਣਾ ਅਤੇ ਤੁਸੀਂ ਕਬੱਡੀ 105 ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਦੋਸਤੋ ਕਰੋ ਨੋਟ, ਅੱਜ ਹੋਣ ਵਾਲੇ ਕਬੱਡੀ ਦੇ ਮੈਚ ਅੱਜ 21 ਨਵੰਬਰ 2024 ਦਿਨ ਵੀਰਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ। ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਅਤੇ ਬਾਕੀ ਜਿਹੜੇ ਭਰਾਵਾਂ ਨੇ ਹਜੇ ਤੱਕ ਆਪਣੇ ਯੂਟਿਊਬ ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਜੋ ਸਬਸਕ੍ਰਾਈਬ ਦੇ ਸਾਹਮਣੇ ਘੰਟੀ ਵਾਲਾ ਨਿਸ਼ਾਨ ਹੁੰਦਾ ਉਸ 'ਤੇ ਵੀ ਕਲਿੱਕ ਕਰਕੇ ਰੱਖ ਦੇਣ ਤਾਂ ਕਿ ਆਪਣੀ ਵੀਡੀਓ ਸਭ ਤੋਂ ਪਹਿਲਾਂ ਉਹਨਾਂ ਤੱਕ ਪਹੁੰਚ ਸਕੇ। ਤਾਂ ਆਓ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਹੋਣ ਵਾਲੇ ਕਬੱਡੀ ਦੇ ਮੈਚ। ਤਾਂ ਦੋਸਤੋ ਅੱਜ ਕਬੱਡੀ ਦੇ ਮੈਚ ਹੋਣਗੇ ਭੀਖੀ ਜ਼ਿਲ੍ਹਾ ਮਾਨਸਾ ਦੇ ਵਿੱਚ। ਇੱਥੇ ਅੱਜ ਕਬੱਡੀ 52 ਕਿੱਲੋ ਅਤੇ ਕਬੱਡੀ 65 ਕਿੱਲੋ ਦੇ ਮੈਚ ਹੋਣਗੇ। ਕਬੱਡੀ 52 ਕਿੱਲੋ ਨਰੋਲ ਦੇ ਮੈਚ ਹੋਣਗੇ। ਪਹਿਲਾ ਇਨਾਮ 6100 ਰੁਪਏ ਆ ਅਤੇ ਦੂਜਾ ਇਨਾਮ 4100 ਰੁਪਏ ਆ ਅਤੇ ਬਾਕੀ ਕਬੱਡੀ 65 ਕਿੱਲੋ ਵਿੱਚ ਇੱਕ ਖਿਡਾਰੀ ਬਾਹਰੋਂ ਖੇਡੇਗਾ ਅਤੇ ਪਹਿਲਾ ਇਨਾਮ ਹੋਵੇਗਾ 8100 ਰੁਪਏ ਅਤੇ ਦੂਜਾ ਇਨਾਮ ਹੋਵੇਗਾ 7100 ਰੁਪਏ। ਇਸ ਤੋਂ ਅੱਗੇ ਗੱਲ ਕਰੀਏ ਤਾਂ ਦੋਸਤੋ ਕਬੱਡੀ ਦੇ ਮੈਚ ਹੋਣਗੇ, ਪਿੰਡ ਹੋਵੇਗਾ ਸਾਂਕਰ, ਜ਼ਿਲ੍ਹਾ ਹੋਵੇਗਾ ਲੁਧਿਆਣਾ। ਇੱਥੇ ਅੱਜ ਕਬੱਡੀ 1 ਪਿੰਡ ਓਪਨ ਦੇ ਮੈਚ ਹੋਣਗੇ। 3 ਖਿਡਾਰੀ ਬਾਹਰੋਂ ਖੇਡਣਗੇ ਅਤੇ ਪਹਿਲਾ ਇਨਾਮ ਹੋਵੇਗਾ 71000 ਰੁਪਏ ਅਤੇ ਦੂਜਾ ਇਨਾਮ ਹੋਵੇਗਾ 51000 ਰੁਪਏ। ਬੈਸਟ ਰੇਡਰ ਅਤੇ ਜਾਫੀ ਨੂੰ 21000 ਰੁਪਏ ਹੋਣਗੇ ਅਤੇ ਇਹਨਾਂ ਮੈਚਾਂ ਦਾ ਲਾਈਵ ਤੁਸੀਂ ਦੇਖ ਸਕਦੇ ਹੋ 1, 2, 3 ਲਾਈਵ ਦੇ ਜ਼ਰੀਏ। ਇੱਥੇ ਦੋਸਤੋ ਅੱਜ ਕਬੱਡੀ ਓਪਨ ਦੇ ਮੈਚ ਹੋ ਰਿਹਾ, 3 ਖਿਡਾਰੀ ਬਾਹਰੋਂ, 16 ਟੀਮਾਂ ਸੱਦੇ ਪੱਤਰ ਵਾਲੀਆਂ। ਪਹਿਲਾ ਇਨਾਮ 71000, ਦੂਜਾ ਇਨਾਮ 51000। ਵਧੀਆ ਮੈਚ ਦੇਖਣ ਨੂੰ ਮਿਲਣਗੇ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਦੇ ਮੈਚ। ਵੀਡੀਓ ਨੂੰ ਤੁਸੀਂ ਪੂਰਾ ਐਂਡ ਤੱਕ ਦੇਖਿਆ, ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅਤੇ ਕੱਲ੍ਹ ਨੂੰ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ।